ਅਸਲਾਮ ਅਲੈਕੁਮ ਭੈਣਾਂ ਦੇ ਭਰਾਓ, ਮੈਂ ਤੁਹਾਡਾ ਆਪਣਾ ਜ਼ਫਰੀ ਖਾਨ ਅਤੇ ਅਸੀਂ ਸਿਡਨੀ ਏਅਰਪੋਰਟ 'ਤੇ ਅਸੀਂ ਮੈਲਬਰਨ ਜਾ ਰਹੇ ਹਾਂ। ਬਾਹਰ ਮੈਂ ਇਸ ਲਈ ਵੀਡੀਓ ਨਹੀਂ ਸੀ ਬਣਾ ਰਿਹਾ ਕਿਉਂ ਬੈਗ ਚੈੱਕ ਬੋਰਡਿੰਗ ਵਗੈਰਾ ਹੁਣ ਅੰਦਰ ਆ ਗਏ। ਇਹ ਸਾਡੀ ਬੋਰਡਿੰਗ ਅਤੇ ਅਸੀਂ ਹੁਣ ਇਨਸ਼ਾਅੱਲਾ ਡੇਢ ਘੰਟੇ ਦਾ ਸਫ਼ਰ ਹੈ ਸਿਡਨੀ ਤੋਂ ਮੈਲਬਰਨ, ਅਤੇ ਅਸੀਂ 6:05 ਤੇ ਸਾਡੀ ਫਲੈਟ, ਅਤੇ ਇਨਸ਼ਾਅੱਲਾ 7:15 ਵਜੇ ਅਸੀਂ ਉੱਥੇ ਪਹੁੰਚ ਜਾ ਕੇ, ਠੀਕ ਹੈ। ਇਸ ਕੰਟੀਨਿਊ ਸਾਰਾ ਦਿਨ ਪਿਆ ਅਤੇ ਸੁਬਹਾ ਦੇ ਬੈਗ ਗੱਡੀ 'ਚ ਪਏ, ਸਾਡੇ ਵਾਪਸ ਘਰ ਨਾ ਜਾਣਾ ਪਵੇ, ਜੇ ਉੱਥੋਂ ਗੱਡੀ 'ਚ ਉਤਰ ਕੇ ਅਸੀਂ ਅਤੇ ਅਸੀਂ ਹੁਣ ਇੱਧਰ ਆ ਗਏ। ਆਓ ਦੇਖੋ ਤਰ੍ਹਾਂ ਚਾਰ ਸਾਈਡ 'ਤੇ ਲੱਗਦੇ ਆ, ਬਿਲਕੁਲ ਉੱਥੇ ਆ ਕੇ ਖਲੋਏਗਾ, ਦੇਖੋ ਪਰਫੈਕਟ ਬ੍ਰੇਕ ਲੱਗਦਾ। ਸਿਡਨੀ ਟੂ ਮੈਲਬਰਨ, ਚਲੀਏ ਮੈਲਬਰਨ। ਲਓ ਜੀ, ਅਸੀਂ ਹੁਣ ਜਾ ਰਹੇ ਹਾਂ, ਫਿਰ ਮਿਲੂੰਗੇ ਮਿੱਤਰੋ ਅਤੇ ਵੀਰੋ, ਫਿਰ ਮਿਲੂੰਗੇ। ਟਾਈਮ ਤਾਂ 40 ਮਿੰਟ ਹੋ ਗਏ ਨੇ, ਅਤੇ 6:05 ਦੀ ਫਲੈਟ, ਅਤੇ ਹੱਦ ਤੱਕ ਉਹਨਾਂ ਨੇ ਬੋਲੀ ਨਹੀਂ, ਕੋਈ ਜਾ ਹੀ ਨਹੀਂ ਰਿਹਾ ਅੰਦਰ। ਅਸੀਂ ਕੋਲ ਕੋਲ ਰਹਿਣਾ ਕਿਉਂਕਿ ਉਹ ਪੋਰਸ਼ਨ ਵਾਈਜ਼ ਪਾਸ ਦਿੰਦੇ ਨੇ। ਲਓ ਜੀ, ਅਸੀਂ ਆ ਗਏ ਆਪਣੇ ਜਹਾਜ਼ ਦਾ, thank you, please take a moment to look around you and in your seat pocket for any rubbish or items you won't be taking with you, and hand them to one of the team members as they move through the cabin, thank you। ਡੇਢ ਘੰਟੇ ਦਾ ਸਫ਼ਰ, ਫਿਰ ਅਸੀਂ ਅੱਧੇ ਪੌਣੇ ਘੰਟੇ ਦਾ ਧੱਕਾ ਨਹੀਂ ਲਿਆ। ਸਮੇਂ ਬੱਦਲ ਦੇਖ ਰਿਹਾ, ਹਮੇਸ਼ਾ ਸਾਡੇ ਉੱਤੇ ਹੀ ਹੁੰਦੇ ਨੇ ਸਿਰ 'ਤੇ, ਅੱਜ ਥੱਲੇ ਆਏ ਬੱਦਲ, ਥੱਲੇ ਆਏ ਮੇਰੇ, ਅਸੀਂ ਉੱਤੇ ਆਏ ਮੱਥਾ ਵੇਖ ਲਓ ਬੱਦਲ ਅਸੀਂ ਸਾਡੇ ਉੱਤੇ ਆ ਹੀ ਗਏ, ਲੱਗ ਰਹੇ ਨੇ ਚਿੱਟੇ ਸਫ਼ੇ ਮਜ਼ੇਦਾਰ। ਜਹਾਜ਼ ਲੈਂਡਿੰਗ ਦੇ ਬਿਲਕੁਲ ਨੇੜੇ ਆ ਗਏ ਹੋਏ ਮੈਲਬਰਨ।
ਲਓ ਜੀ ਭੈਣ ਤੇ ਭਰਾਓ ਅਸੀਂ ਮੈਲਬਰਨ ਪਹੁੰਚ ਗਏ ਮਾਸ਼ਾਅੱਲਾ ਡੇਢ ਘੰਟਾ ਹੀ ਲੱਗਾ ਮੈਲਬਰਨ ਦਾ ਏਅਰਪੋਰਟ ਤੇ ਬਾਕੀ ਗੱਲਾਂ ਕੱਲ ਦਿਨੇ ਉੱਠ ਕੇ ਕਿਉਂਕਿ ਅੱਜ ਜਾ ਕੇ ਖਾਣਾ ਖਾ ਕੇ ਸੌਵਾਂਗੇ ਕੱਲ ਦਿਨੇ ਉੱਠ ਕੇ ਫਿਰ ਤੁਹਾਨੂੰ ਮੈਲਬਰਨ ਬਹਾਵਾਂਗੇ ਓਕੇ ਅੱਲਾਹ ਹਾਫਿਜ਼ ਆਪਣਾ ਖਿਆਲ ਰੱਖਣਾ